ਤਾਂ ਜਿੱਥੇ ਗਰਮੀ ਨੇ ਲੋਕਾਂ ਦੀ ਤਰਾਹ ਤਰਾਹ ਕੀਤੀ ਕਰਵਾਈ ਹੋਈ ਹੈ, ਉੱਥੇ ਹੀ ਦੂਜੇ ਪਾਸੇ ਲੋਕ ਪਹਾੜਾਂ ਵੱਲ ਦਾ ਰੁੱਖ ਕਰ ਰਹੇ ਨੇ। ਅਸੀਂ ਅਕਸਰ ਹੀ ਵੇਖਦੇ ਹਾਂ ਕਿ ਲੋਕਾਂ ਦੇ ਵੱਲੋਂ ਪਹਾੜਾਂ ਦੇ ਵਿੱਚ ਜਿੱਥੇ ਘੁੰਮਣ ਫਿਰਨ ਜਾਇਆ ਜਾ ਰਿਹਾ ਉੱਥੇ ਹੀ ਉਹ ਰੀਲਸ ਵੀ ਬਣਾਉਂਦੇ ਨੇ। ਰੀਲਸ ਬਣਾਉਣ ਦੇ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਸ਼ੌਕੀਨ ਨੇ। ਸੋ ਉਹਨਾਂ ਦੇ ਲੋਨਾਵਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜੋ ਕਿ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਚੁਕਾ ਦੇਣ ਵਾਲਾ ਹੈ। ਵੀਡੀਓ ਵਾਇਰਲ ਹੋਈ ਹੈ, ਪਰਿਵਾਰ ਸਮੇਤ ਜਿਹੜੇ ਗਏ ਸੀ ਤਾਂ ਉਹਨਾਂ ਦੀ ਇੱਕ ਵਾਰ ਤੁਹਾਨੂੰ ਵੀਡੀਓ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੀ ਉਹਨਾਂ ਦੇ ਨਾਲ ਘਟਨਾ ਵਾਪਰਦੀ ਹੈ, ਕਿਉਂਕਿ ਫੈਮਿਲੀ ਦੇ ਨਾਲ ਬਹੁਤ ਸਾਰੇ ਲੋਕ ਰੁੱਖ ਕੱਢਦੇ ਨੇ ਪਹਾੜਾਂ ਵੱਲ ਦਾ, ਘੁੰਮਣ ਵੀ ਜਾਂਦੇ ਨੇ ਅਤੇ ਕਈ ਵਾਰੀ ਫੋਟੋ ਖਿਚਾਉਣ ਦੇ ਚੱਕਰ ਦੇ ਵਿੱਚ ਜਾਂ ਫਿਰ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਉਹਨਾਂ ਨਾਲ ਕੀ ਹੋ ਸਕਦਾ ਹੈ। ਅਸੀਂ ਸਿਰਫ ਤੇ ਸਿਰਫ ਤੁਹਾਨੂੰ ਉਹ ਦਿਖਾਉਣਾ ਚਾਹੁੰਦੇ ਹਾਂ, ਉਹਦੇ ਲਈ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਕਈ ਵਾਰੀ ਬੰਦਾ ਪਬਲਿਸਿਟੀ ਦੇ ਚੱਕਰ ਦੇ ਵਿੱਚ ਜਾਂ ਫਿਰ ਵਿਊਜ਼ ਪਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਹੈ ਨਾ ਫੇਮ ਗੇਨ ਕਰਨ ਦੇ ਲਈ ਅਜਿਹਾ ਕਾਰ ਵਾਪਰਦਾ ਕਿ ਆਪਣੀ ਜ਼ਿੰਦਗੀ ਦੀ ਜਿਹੜੀ ਹੈ ਉਹ ਵੀ ਦਾਅ 'ਤੇ ਲਾਉਣੀ ਪੈਂਦੀ ਹੈ। ਅਤੇ ਤੁਸੀਂ ਪਹਿਲਾਂ ਤੁਹਾਨੂੰ ਇਹ ਦਿਖਾਉਂਦੇ ਹਾਂ ਵੀਡੀਓ ਕਿ ਇਹ ਜਿਹੜਾ ਪਰਿਵਾਰ ਹੈ 5 ਜੀ ਸੀ, ਇੱਕੋ ਪਰਿਵਾਰ ਦੇ ਬੱਚਿਆਂ ਸਮੇਤ ਗਏ ਸੀ ਪਹਾੜਾਂ ਵੱਲ, ਪੂਨੇ ਦੇ ਲੋਨਾਵਲਾ ਦੀਆਂ ਇਹ ਤਸਵੀਰਾਂ ਨੇ। ਫੋਟੋ ਖਿਚਵਾਉਣ ਲੱਗਦੇ ਨੇ 13 ਸਾਲਾ ਬੱਚੀ ਜਿਸਦਾ ਕਿ ਪੈਰ ਫਿਸਲਣ ਵਾਲਾ ਹੁੰਦਾ, ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜੀ ਮਾਂ ਹੈ ਉਹ ਵੀ ਰੁੜ ਜਾਂਦੀ ਹੈ ਅਤੇ ਉਹਦੇ ਪਿੱਛੇ ਸਾਰਾ ਪਰਿਵਾਰ ਰੁੜ ਜਾਂਦਾ। ਸੋ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਸਟੂਡੀਓ ਦਾ। ਜਿਵੇਂ ਕਿ ਤੁਸੀਂ ਵੇਖਿਆ ਕਿ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੱਚਾ ਰੁੜ ਰਿਹਾ ਅਤੇ ਉਸਨੂੰ ਬਚਾਉਣ ਦੇ ਚੱਕਰ ਦੇ ਵਿੱਚ ਸਾਰੀ ਫੈਮਿਲੀ ਉਸਦੇ ਪਿੱਛੇ ਚਲੀ ਜਾਂਦੀ ਹੈ ਅਤੇ ਸਾਰਾ ਪਰਿਵਾਰ ਹੀ ਰੁੜ ਜਾਂਦਾ ਹੈ। ਸੋ ਬਹੁਤ ਖੌਫਨਾਕ ਤਸਵੀਰਾਂ ਨੇ। ਇਸ ਵਕਤ ਤੁਸੀਂ ਚੀਕ ਚਿਹਾੜਾ ਦੇਖ ਸਕਦੇ ਹੋ, ਬੱਚਿਆਂ ਦੀਆਂ ਆਵਾਜ਼ਾਂ ਤਾਂ ਵੈਸੇ ਹੀ ਬੰਦੇ ਨੂੰ ਬਹੁਤ ਇਮੋਸ਼ਨਲ ਕਰ ਦਿੰਦੀਆਂ ਨੇ ਅਤੇ ਜਦੋਂ ਬਚਾਉਣ ਦੇ ਚੱਕਰ ਦੇ ਵਿੱਚ ਕੋਈ ਕੁਰਲਾ ਰਿਹਾ ਹੁੰਦਾ ਉਹ ਆਵਾਜ਼ਾਂ ਦਿਲ ਨੂੰ ਇੱਕ ਵਾਰ ਬਲੁੰਦਰ ਕੇ ਰੱਖ ਦਿੰਦੀਆਂ ਨੇ, ਇਹ ਅਸੀਂ ਕਹਿ ਸਕਦੇ ਹਾਂ। ਸੋ ਤੁਸੀਂ ਇਹ ਸੁਣੀਆਂ ਚੀਕਾਂ, ਤੁਸੀਂ ਇਹ ਵੀਡੀਓ ਵੇਖੀ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਬੱਚੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੀ ਉਹ ਮੋਮੈਂਟ ਰਿਹਾ ਹੋਵੇਗਾ ਜਦੋਂ ਉਹਨਾਂ ਨੂੰ ਕੋਈ ਹਿੱਲਾ ਵਸੀਲਾ ਨਹੀਂ ਲੱਭਿਆ, ਕੋਈ ਤਰੀਕਾ ਨਹੀਂ ਲੱਭਿਆ, ਕਿਉਂਕਿ ਪਾਣੀ ਦੇ ਵਿੱਚ ਨਹੀਂ ਲੱਭਦਾ ਕੋਈ ਐਸਾ ਤਰੀਕਾ ਕਿ ਜਿਸ ਨਾਲ ਬਚਿਆ ਜਾ ਸਕੇ, ਜਿਹੜੀ ਚੀਜ਼ ਤਰਦੀ ਹੋਵੇ ਉਸਦੀ ਬੰਦਾ ਹੈਲਪ ਲੈ ਸਕੇ, ਸਪੋਰਟ ਲੈ ਕੇ ਖੁਦ ਨੂੰ ਬਚਾ ਸਕੇ, ਫਲੋਟ ਕਰ ਸਕੇ। ਤਾਂ ਬੜੀ ਗੱਲ ਹੈ ਕਿ ਬੱਚੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਮਾਂ ਬਾਪ ਆਪਣੀ ਜਾਨ ਨੂੰ ਦਾਅ 'ਤੇ ਲਾ ਕੇ ਓਬਵੀਅਸਲੀ ਪਹਿਲਾਂ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਹਨਾਂ ਦੇ ਵੱਲੋਂ ਇੱਦਾਂ ਹੀ ਕੀਤਾ ਜਾਂਦਾ, ਪਰ ਉਹ ਆਪ ਵੀ ਨਾਲ ਹੀ ਪਾਣੀ ਦੇ ਰੁੜ ਜਾਂਦੇ ਨੇ ਅਤੇ ਸਾਰਿਆਂ ਦੀਆਂ ਜਿਹੜੀਆਂ ਚੀਕਾਂ ਨੇ ਉਹ ਇਸ ਵਕਤ ਸੁਣੀਆਂ ਜਾ ਸਕਦੀਆਂ ਨੇ। ਆਸੇ ਪਾਸੇ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋ ਜਾਂਦੇ ਨੇ, ਉਹਨਾਂ ਵੱਲੋਂ ਵੇਖਿਆ ਜ਼ਰੂਰ ਜਾ ਰਿਹਾ, ਪਰ ਬੜੀ ਗੱਲ ਇਹ ਹੈ ਕਿ ਜਦੋਂ ਪਾਣੀ ਦੇ ਵਿੱਚ ਕੋਈ ਤੇਜ਼ ਵਹਾਅ ਦੇ ਵਿੱਚ ਇਸ ਤਰੀਕੇ ਨਾਲ ਰੁੜ ਰਿਹਾ ਹੁੰਦਾ ਤਾਂ ਫਿਰ ਕੋਈ ਉਹ ਹੁੰਦਾ ਜਿਹੜਾ ਆਪਣੀ ਜ਼ਿੰਦਗੀ ਨੂੰ ਵੀ ਦਾਅ 'ਤੇ ਲਾ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇ। ਤਾਂ ਲੋਕ ਦੇਖਦੇ ਤੁਸੀਂ ਵੇਖੇ ਜਾ ਸਕਦੇ ਹੋ, ਪਰ ਸ਼ੂਟ ਕਰਦੇ ਵੀ ਵੇਖੇ ਜਾ ਸਕਦੇ ਨੇ, ਪਰ ਬੜੀ ਗੱਲ ਇਹ ਹੈ ਕਿ ਕਿਸੇ ਨੇ ਬਚਾਉਣ ਦੀ ਫਿਲਹਾਲ ਕੋਸ਼ਿਸ਼ ਨਹੀਂ ਕੀਤੀ। ਸਵੇਰੇ ਜਿਹੜਾ 3 ਡੈੱਡ ਬੋਡੀਜ਼ ਨੂੰ ਬਰਾਮਦ ਕੀਤਾ ਗਿਆ ਸੀ, 5 ਇੱਕੋ ਪਰਿਵਾਰ ਦੇ ਜੀ ਸੀ ਜਿਹੜੇ ਮਿਸਿੰਗ ਸੀਗੇ, 3 ਦੀ ਪਹਿਲਾਂ ਉਹਨਾਂ ਨੂੰ ਡੈੱਡ ਬੋਡੀਜ਼ ਜਿਹੜੀਆਂ ਸੀ ਬਰਾਮਦ ਕੀਤੀਆਂ ਗਈਆਂ, ਪਰ ਹੁਣ 5 ਦੀਆਂ 5 ਬਰਾਮਦ ਹੋ ਚੁੱਕੀਆਂ ਨੇ। ਸੋ ਮਾਮਲਾ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਗੰਭੀਰ ਹੈ ਕਿ ਲੋਕ ਜਾ ਤਾਂ ਰਹੇ ਨੇ ਗਰਮੀ ਦੀ ਛੁੱਟੀਆਂ ਦੇ ਵਿੱਚ ਪਹਾੜਾਂ ਵੱਲ ਜਾਂਦੇ ਨੇ, ਪਰ ਇਸ ਵਕਤ ਮੌਨਸੂਨ ਦੀ ਜਿਹੜੀ ਦਸਤਕ ਹੈ, ਪਹਿਲੀ ਦਸਤਕ ਹੈ, ਇਸਨੇ ਕਾਫੀ ਸਾਰੀ ਸਟੇਟਸ ਦੇ ਵਿੱਚ ਜਿਹੜਾ ਹੈ ਮੀਂਹ ਦਾ ਜਿਹੜਾ ਪ੍ਰਭਾਵ ਹੈ ਤੁਸੀਂ ਵੇਖ ਸਕਦੇ ਹੋ, ਤੇਜ਼ ਦਬਾਅ ਹੈ ਜਿਹੜਾ ਉਸਦੇ ਨਾਲ ਕਾਫੀ ਜਿਹੜੇ ਇਲਾਕੇ ਨੇ ਉਹ ਨੁਕਸਾਨੇ ਵੀ ਗਏ ਨੇ। ਅਤੇ ਕਈ ਵਾਰੀ ਤਾਂ ਇੱਥੇ ਇਹ ਹੈ ਕਿ ਲੋਕ ਆਪ ਮੁਹਾਰੇ ਹੀ ਅਜਿਹੀ ਗਲਤੀਆਂ ਕਰ ਬੈਠਦੇ ਨੇ ਜਿਸਦਾ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ। ਸੋ ਇੱਥੇ ਫੋਟੋ ਖਿੱਚਣ ਦੇ ਚੱਕਰ ਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਫੈਮਿਲੀ ਹੈ ਉਹ ਪਾਣੀ ਦੇ ਵਿੱਚ
ਰੁੜ ਜਾਂਦੀ ਹੈ। ਸੋ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਹੁੰਦਾ ਨਾ ਟਾਈਮ, ਪ੍ਰੀਸ਼ੀਅਸ ਟਾਈਮ ਫੈਮਿਲੀ ਦੇ ਲਈ ਕੱਢ ਕੇ ਫੈਮਿਲੀ ਛੁੱਟੀਆਂ ਬਿਤਾਉਣ ਦੇ ਲਈ ਜਾਂਦੀ ਹੈ, ਪਰ ਕੀ ਉਹਨਾਂ ਨੇ ਸੋਚਿਆ ਹੋਵੇਗਾ ਕਿ ਉਹਨਾਂ ਦੇ ਨਾਲ ਅਜਿਹਾ ਭਾਣਾ ਵਰਤੇਗਾ? ਸਿਰਫ ਤੇ ਸਿਰਫ ਗਲਤੀ ਸਾਨੂੰ ਤਾਂ ਇਹੀ ਲੱਗਦਾ ਕਿ ਇਹ ਸੀਗੀ ਕਿ ਸਿਰਫ ਤੇ ਸਿਰਫ ਬੰਦੇ ਨੇ ਸ਼ੇਅਰ ਕਰਨਾ ਹੁੰਦਾ ਕਿ ਮੈਂ ਇੱਥੇ ਗਿਆ ਸੀ। ਉਹ ਐਂਟਰਟੇਨਮੈਂਟ ਦੇ ਜਿਹੜੇ ਪਲ ਹੁੰਦੇ ਨੇ ਲੋਕਾਂ ਨਾਲ ਸਾਂਝੇ ਕਰਨੇ ਹੁੰਦੇ ਨੇ। ਇਸ ਚੱਕਰ ਦੇ ਵਿੱਚ ਲੋਕ ਰੀਲ ਬਣਾਉਂਦੇ ਨੇ, ਫੋਟੋਆਂ ਖਿੱਚਦੇ ਨੇ, ਪਰ ਕਿਸ ਹੱਦ ਤੱਕ ਭਾਰੀ ਪੈ ਗਏ ਤਾਂ ਤੁਸੀਂ ਵੇਖ ਸਕਦੇ ਹੋ। ਅਤੇ ਤੁਹਾਨੂੰ ਇਸ ਦੇ ਵਿੱਚ ਕਿਸ ਦੀ ਗਲਤੀ ਲੱਗਦੀ ਹੈ, ਕੀ ਗਲਤੀ ਲੱਗਦੀ ਹੈ, ਉਹ ਕਮੈਂਟ ਸੈਕਸ਼ਨ ਵਿੱਚ ਦੱਸਣਾ ਬਿਲਕੁਲ ਨਾ ਭੁੱਲਣਾ। ਫਿਲਹਾਲ ਕਾਫੀ ਜ਼ਿਆਦਾ ਦਰਦਨਾਕ ਵੀਡੀਓ ਹੈ, ਬੱਚਿਆਂ ਦੇ ਜਿਹੜਾ ਚੀਕ ਚਿਹਾੜਾ ਹੈ, ਜਿਹੜੀ ਪੁਕਾਰਾਂ ਨੇ ਉਹ ਦਿਲ ਨੂੰ, ਆਤਮਾ ਨੂੰ ਬਲੁੰਦਰ ਕੇ ਰੱਖ ਦਿੰਦੀਆਂ ਨੇ, ਪਰ ਕੋਈ ਵੀ ਬਚਾਉਣ ਦੇ ਲਈ ਅੱਗੇ ਨਹੀਂ ਆਇਆ। ਕਈ ਵਾਰੀ ਆਪਣੀ ਜਾਨ ਨੂੰ ਦਾਅ 'ਤੇ ਲਾ ਕੇ ਕੋਈ ਉਹ ਅਜਿਹੇ ਕਦਮ ਚੱਕਦਾ ਹੈ ਜੋ ਇੱਕੋ ਪਰਿਵਾਰ ਦੇ ਪੰਜ ਜੀਅ, ਇੱਕੋ ਲਖਤ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ ਨੇ। ਸਿਰਫ ਅਤੇ ਸਿਰਫ ਸਟਾਰਡਮ ਦੇ ਚੱਕਰ 'ਚ ਕਹਿ ਸਕਦੇ, ਫੋਟੋ ਖਿਚਾਉਣ ਦੇ ਚੱਕਰ 'ਚ ਜਾਂ ਫਿਰ ਰੀਲ ਬਣਾਉਣ ਦੇ ਚੱਕਰ।